ਸਤਿ ਸ਼੍ਰੀ ਅਕਾਲ ਜੀ। ਅੱਜ ਅਸੀਂ ਤੁਹਾਡੇ ਵਾਸਤੇ ਇੱਕ ਹੋਰ ਨਵਾਂ ਟਾਕਾ ਜਿਹੜਾ ਸਰਦੂਲਗੜ੍ਹ ਏਰੀਏ ਦੇ ਵਿੱਚ ਅਸੀਂ ਲੈ ਕੇ ਆਏ ਹਾਂ ਅਤੇ ਇਹ ਤਕਰੀਬਨ ਜੇ ਆਪਾਂ ਜ਼ਮੀਨ ਦੀ ਗੱਲ ਕਰੀਏ ਤਾਂ 17 ਏਕੜ ਦੇ ਕਰੀਬ ਇਹ ਜਿਹੜੀ ਜ਼ਮੀਨ ਹੈਗੀ ਆ ਅਤੇ 2.25 ਕਿੱਲੇ ਜਿਹੜੇ ਸੜਕ ਦੇ ਉੱਪਰ ਲੱਗਦੇ ਆ, ਮੇਨ ਸੜਕ ਨਹੀਂ ਆਪਾਂ ਕਹਿ ਸਕਦੇ, ਇਹ ਪਿੰਡਾਂ ਨੂੰ ਜਾਣ ਵਾਲੀ ਇੱਕ ਸੜਕ ਹੈ, ਡਬਲ ਰੋਡ ਹੈ, ਇਸ ਦੇ ਉੱਪਰ ਜਿਹੜਾ ਲੱਗਦੇ ਆ ਅਤੇ 18 ਫੁੱਟੀ ਸੜਕ ਹੈ ਜਿਹੜੀ ਹੈਗੀ ਇਹ। ਅਤੇ ਤੁਹਾਨੂੰ ਇਸ ਜ਼ਮੀਨ ਬਾਰੇ ਜੇ ਖਾਸੀਅਤ ਦੱਸੀਏ ਤਾਂ ਇਸ ਜ਼ਮੀਨ ਦੇ ਵਿੱਚ ਇੱਕ ਜਿਹੜਾ ਤੁਸੀਂ ਦੇਖ ਰਹੇ ਹੋ ਮਕਾਨ ਹੈ, ਇਹ ਮਕਾਨ ਵੀ ਤੁਹਾਨੂੰ ਜ਼ਮੀਨ ਦੇ ਰੇਟ ਦੇ ਵਿੱਚ ਹੀ ਦਿੱਤਾ ਜਾਊਗਾ। ਅਤੇ ਮਕਾਨ ਦੇ ਵਿੱਚ ਜਿਹੜਾ 24 ਘੰਟਿਆਂ ਵਾਲਾ ਘਰੇਲੂ ਮੀਟਰ ਹੈ, 24 ਘੰਟੇ ਬਿਜਲੀ ਵਾਲਾ, ਉਹ ਲੱਗਿਆ ਹੋਇਆ। ਅਤੇ ਖੇਤ ਦੇ ਵਿੱਚ ਜਿਹੜੀ ਇੱਕ ਮੋਟਰ ਹੈ, ਜਿਹੜੀ ਸਮਰਸੀਬਲ ਮੋਟਰ ਹੈ, ਉਹ ਲੱਗੀ ਹੋਈ ਆ। ਅਤੇ ਨਹਿਰੀ ਪਾਣੀ ਹੈ ਜਿਹੜਾ ਕਾਫੀ ਹੈ, ਨਹਿਰੀ ਪਾਣੀ ਪੱਕਾ ਖਾਲਾ ਵਿੱਚੋਂ ਦੀ ਜ਼ਮੀਨ ਦੇ ਹੈਗਾ, ਅਤੇ ਦਰਖਤ ਵਗੈਰਾ ਵੀ ਜਿਹੜੇ ਵਿੱਚ ਹੀ ਹੈਗੇ ਆ। ਅਤੇ ਰੇਟ ਜਾਣਨ ਵਾਸਤੇ ਸਾਡੇ ਨਾਲ ਲਾਸਟ ਤੱਕ ਜਿਹੜੇ ਜੁੜੇ ਰਹੋ। ਅਤੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਇਸ ਜ਼ਮੀਨ ਦੇ ਵਿੱਚ ਜਿਹੜਾ ਪਾਣੀ ਠੀਕ ਆਪਾਂ ਕਹਿ ਸਕਦੇ ਹਾਂ, ਨਰਮਾ, ਝੋਨਾ, ਕਣਕ, ਸਬਜ਼ੀਆਂ, ਹਰ ਪ੍ਰਕਾਰ ਦੀ ਜਿਹੜੀ ਫਸਲ ਹੈ ਇਸ ਜ਼ਮੀਨ ਦੇ ਵਿੱਚ ਹੁੰਦੀ ਹੈ। ਅਤੇ ਨੀਚੇ ਦਿੱਤੇ ਨੰਬਰਾਂ ਦੇ ਉੱਪਰ ਤੁਸੀਂ ਜਿਹੜਾ ਫੋਨ ਕਰਕੇ ਜ਼ਿਆਦਾ ਜਾਣਕਾਰੀ ਹੈ ਜਿਹੜੀ ਤੁਸੀਂ ਹਾਸਲ ਕਰ ਸਕਦੇ ਹੋ, ਇਸ ਜ਼ਮੀਨ ਬਾਰੇ ਪੁੱਛ ਗਿੱਛ ਕਰ ਸਕਦੇ ਹੋ। ਅਤੇ ਜਿਹੜੇ ਵੀਰ ਇਸ ਜ਼ਮੀਨ ਨੂੰ ਖਰੀਦਣ ਦੇ ਚਾਹਵਾਨ ਨੇ ਉਹ ਇਸ ਜ਼ਮੀਨ ਨੂੰ ਜਿਹੜਾ ਖਰੀਦ ਸਕਦੇ ਆ। ਜੇ ਆਪਾਂ ਰੇਟ ਦੀ ਗੱਲ ਕਰੀਏ ਤਾਂ ਤਕਰੀਬਨ 31 ਲੱਖ ਰੁਪਏ ਦੀ ਜਿਹੜੀ ਇਸ ਜ਼ਮੀਨ ਦੀ ਹੈਗੀ ਡਿਮਾਂਡ ਹੈ, ਅਤੇ ਬਾਕੀ ਮੌਕੇ 'ਤੇ ਜਿਹੜਾ ਹੈਗਾ ਵਾਧਾ ਘਾਟਾ ਹੋ ਜੂਗਾ। ਅਤੇ ਤੁਹਾਨੂੰ ਇੱਕ ਵਾਰੀ ਫਿਰ ਬੇਨਤੀ ਕਰਦੇ ਹਾਂ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਤੇ ਵੀਡੀਓ ਨੂੰ ਜਿਹੜਾ ਵੱਧ ਤੋਂ ਵੱਧ ਸ਼ੇਅਰ ਕਰ ਦਿਓ। ਅਤੇ ਇਸ ਜ਼ਮੀਨ ਦਾ ਜਿਹੜਾ ਫਰੰਟ ਵਗੈਰਾ ਲਾ ਕੇ ਤਾਂ ਜਿਹੜਾ ਇਹਦਾ ਦਿੱਖ ਹੈਗੀ ਹੈ, ਬਹੁਤ ਸੋਹਣੀ ਦਿੱਖ ਹੈ ਜਿਹੜੀ ਬਣੀ ਹੋਈ ਹੈ। ਅਤੇ ਇਹ ਜ਼ਮੀਨ 18 ਫੁੱਟੀ ਸੜਕ ਦੇ ਉੱਪਰ ਜਿਵੇਂ ਪਹਿਲਾਂ ਦੱਸਿਆ ਸੀ ਲੱਗਦੀ ਹੈਗੀ ਆ। ਅਤੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਹੋਰ ਜ਼ਮੀਨਾਂ ਦੇਖਣ ਵਾਸਤੇ, ਹੋਰ ਪ੍ਰੋਪਰਟੀਆਂ ਦੇਖਣ ਵਾਸਤੇ ਤੁਸੀਂ ਸਾਡੇ ਚੈਨਲ ਨਾਲ ਜਿਹੜਾ ਬਣੇ ਰਹੇ ਹੋ। ਅਤੇ ਅੱਗੇ ਤੁਹਾਨੂੰ ਹੋਰ ਜ਼ਮੀਨਾਂ ਅਸੀਂ ਦਿਖਾਉਣੇ ਆ ਅਤੇ ਹੋਰ ਟੱਕਾ ਨਾਲ ਵੀ ਤੁਹਾਨੂੰ ਜਿਹੜਾ ਰੂਬਰੂ ਅਸੀਂ ਕਰਾਵਾਂਗੇ।